ਕੀ ਦਾ ਮੂਡ ਕਦੋਂ ਕਿਵੇਂ ਦਾ ਪਤਾ ਹੀ ਨਹੀਂ ਲੱਗਦਾ ਸਰ ਕਰੋ ਨਹੀਂ ਗੇਲ ਸਾਹਿਬ ਨੂੰ ਪਤਾ ਹੁੰਦਾ ਮੈਨੂੰ ਗੇਲ ਸਾਹਿਬ ਨੂੰ ਪਤਾ ਹੁੰਦਾ ਤੈਨੂੰ ਹਾਂ ਮਾਈਟ ਵੀ ਸ਼ਾਇਦ ਨਾ ਹੋਵੇ ਸਵੇਰੇ ਜਾ ਕੇ ਬੁਲਾਓ ਥੋੜੇ ਦਿਨ ਬਾਅਦ ਆਪੇ ਫਿਰ ਥੋੜੀ ਜਿਹੀ ਮਰਜ਼ੀ ਮੇਰੀ ਲਾਈਫ ਮੈਂ ਕਦੇ ਖੁਸ਼ ਹੋ ਸਕਦਾ ਸਵੇਰੇ ਸਵੇਰੇ ਨਹੀਂ ਐਕਟਿਵ ਹੁੰਦੇ ਸਰੀਰ ਤੇ ਸਵੇਰੇ ਸਵੇਰੇ ਨਹੀਂ ਮਤਲਬ ਉਹ ਜੀ ਗੱਲਬਾਤ ਬਣੀ ਹੁੰਦੀ ਤੇ ਮਰ ਮੋਰ ਕੇ ਹੌਲੀ 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 ਮਤਲਬ ਬੰਦੇ ਵਧੀਆ ਲੱਗਣ ਲੱਗਦੇ ਨੇ ਦੇ ਨੇ ਫਿਰ ਪਸੰਦ ਆ ਜਾਂਦੇ ਨੇ ਹੋਰ ਕੀ ਗੱਲ ਘਬਰ ਵੀ ਤੇ ਕਰਨੀ ਹੈ ਪੂਸ਼ਕੜੀ ਹੁੰਦੀ ਆ ਹੌਲੀ ਹੌਲੀ ਹਾਂਜੀ ਆਪਣੇ ਅੰਦਰ ਗੱਲਾਂ ਕੌਣ ਰੱਖਦਾ ਆ ਆ ਆ ਇਹ ਰੱਦਿਲ ਕੋਲ ਕੋ ਕੇ ਜਦੋਂ ਇਹ ਨਹੀਂ ਆਉਂਦਾ ਸਾਾਨੂੰ ਜਿਆਦਾ ਜਾਣਦੇ ਨਹੀਂ ਨਾ ਗਿਲਸਾਹਬ ਤਾਂ ਮਤਲਬ ਇਹ ਇੱਚ ਦਾ ਵਿਟਨੈਸ ਕਰ ਸਕਦਾ ਹੈ ਸਾਨੂੰ ਮਤਲਬ ਦੇਖ ਹੀ ਸਕਦਾ ਤੁਹਾਨੂੰ ਬਿਲਕੁਲ ਬਿਲਕੁਲ ਜੀ ਸ਼ੈਣੀ ਜੀ ਗੱਲ ਆਈ ਤੇ ਗਿਲਸਾਹਬ ਨਾਲ ਕਰਾਂਗੇ ਸੀ ਕਰੋ ਕੌਣ ਹੈ ਹਰ ਕੰਮ ਲਈ 올 ਦਾ ਟਾਈਮ ਰੈਡੀ 올 ਦਾ ਟਾਈਮ ਰੈਡੀ ਹੈ ਇੱਚ ਗਿਲਸਾ ਵੀ ਵੈਸੇ ਵੀ ਚੱਲ ਗਿਲਸਾਹਬ ਦਾ ਨਾਲ ਲੈਨੇ ਆਂ ਸੀ ਹਰ ਕੰਮ ਲਈ 올 ਦਾ ਟਾਈਮ ਰੈਡੀ ਪਰਫੈਕਟ ਜੀ ਉਹ ਕਾਸਟਮ ਵਾਈਜ਼ ਵੀ ਹਮੇਸ਼ਾ ਰੈਡੀ ਹੁੰਦਾ ਜੀ ਉਹ ਦਾ ਜੇ ਮਤਲਬ ਤੁਸੀਂ ਜਿੰਦਾ ਜਿਵੇਂ ਆਪਣੇ ਘਰੋਂ ਕੱਪੜੇ ਪਾ ਕੇ ਆਉਂਦੇ ਨੇ ਉਹ ਐ ਲੱਗਦਾ ਵੀ ਫਿਲਮ ਵਾਲੀ ਹੋਣਗੇ ਕਾਸਟਿਊਮ ਕਿਉਂਕਿ ਆਲਮੋਸਟ ਕੁਰਤਾ ਪਜਾਮਾ ਜੁੱਤੀ ਅਪ ਟੂ ði ਪੁਆਇੰਟ ਹੈਅਰ ਪ੍ਰੋਪਰ ਐਂਡ ਸੋ ਸਭ ਤੋਂ ਵੱਧ ਚੀਜ਼ਾਂ ਕੌਣ ਭੁੱਲ ਜਾਂਦਾ ਹੈ ਓਕੇ ਸੋ ਆਪਣੇ ਮਾਰੇ ਕਿੰਨੀ ਹੋਲੀ ਜਿਹੀ ਕਹਿ ਸਕਦੇ ਆ ਹਾਂ ਹੋਣ ਪਰ ਕੀ ਕਹਾ ਹੁਣ ਭੁੱਲ ਜਾਂਦਾ ਬੰਦਾ ਬੜਾ ਅਲਟਰਾ ਹੀ ਮੈਂ ਠੀਕ ਕਰ ਰਹੇ ਆ ਗਿਆ ਦੱਸ ਆਪਣੀ ਹੋਲੀ 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 ਕਰਕੇ ਕਿੰਨੇ ਸਾਲ ਤੋਂ ਮੈਨੂੰ ਤੇ ਨਹੀਂ ਠੀਕ ਹੁੰਦੀ ਵੇਖੀ ਹੋ ਜੂਗੀ ਮੈਂ ਚੀਜ਼ਾਂ ਭੁੱਲ ਜਾਣਾ ਮਤਲਬ ਦੋ ਤਿੰਨ ਚੀਜ਼ਾਂ ਇੱਕ ਘੜੀ ਸੀ ਮੇਰੀ ਘੜੀ ਗੱਲ ਵੀ ਕੋਈ ਕਰ ਲੋ ਗੱਲ ਵੀ ਕੀ ਚੀਜ਼ਾਂ ਵੀ ਭੁੱਲਨੇ ਆ ਗੱਲ ਜਿਹੜੀ ਇੰਪੋਰਟੈਂਟ ਹੈ ਉਹ ਤਾਂ ਭੁੱਲ ਜਾਣੀ ਐ ਓਵੇਂ ਬਾਕੀ ਸਭ ਯਾਦ ਰਹਿੰਦਾ ਪੁਆਇੰਟ ਟੂ ਪੁਆਇੰਟ ਹਮ ਡਾਇਲੌਗ ਤਾਂ ਨਹੀਂ ਭੁੱਲਦੀ ਸਭ ਤੋਂ ਜ਼ਿਆਦਾ ਚੀਜ਼ਾਂ ਦੀ ਗੱਲ ਹੋਈ ਹੈ ਡਾਇਲੌਗ ਨਹੀਂ ਐਡਵਰਟਾਈਜ਼ਮੈਂਟ ਕਰੋ ਮੈਂ ਚੀਜ਼ਾਂ ਤੋਂ ਬੱਸ ਭੁੱਲਦੀ ਦੀ ਗੱਲ ਕੀਤੀ ਮੈਂ ਹੁਣ ਨਹੀਂ ਭੁੱਲਦੀ ਓਕੇ ਤੁਹਾਡੇ ਤਿੰਨਾਂ ਚੋਂ ਕੁਝ ਦਿਨਾਂ ਲਈ ਸੋਸ਼ਲ ਮੀਡੀਆ ਕੌਣ ਛੱਡ ਸਕਦਾ ਸਾਰੇ ਮੈਂ ਮੈਂ ਛੱਡਣਾ ਚਾਹਣਾ ਮੈਂ ਛੱਡ ਸਕਦੇ ਹਾਂ ਪਰ ਕਈ ਵਾਰੀ ਇਦਾਂ ਹੁੰਦਾ ਨਾ ਵੀ ਕੁਈ ਚੀਜ਼ ਆਉਣੀ ਹੁੰਦੀ ਅੱਗੇ ਦੋ ਮਹੀਨਿਆਂ ਤੋਂ ਤਿੰਨ ਮਹੀਨਿਆਂ ਤੋਂ ਕੋਈ ਫਿਲਮ ਫੜਵਾਉਣੀ ਨਹੀਂ ਦਿੱਤਾ ਪ੍ਰਮੋਟ ਕਰ ਉਹ ਕਾਰੋਬਾਰ ਦੇ ਹਿਸਾਬ ਨਾਲ ਕਈ ਵਾਰੀ ਮਜਬੂਰੀ ਐ ਨਹੀਂ ਤਾਂ ਸੋਸ਼ਲ ਮੀਡੀਆ ਤਾਂ ਵੈਸੇ ਕੋਈ ਨਹੀਂ ਹਾਂ ਤੇ ਸਰਤ ਬਿਲਕੁਲ ਵੀ ਨਹੀਂ ਹਾਂ ਕੋਈ ਮਤਲਬ ਇਦਾਂ ਨਹੀਂਗਾ ਵੀ ਬਹੁਤ ਹੀ ਜ਼ਰੂਰੀ ਐ ਲਾਈਫ ਦਾ ਪਾਰਟ ਐ ਉਹਦੋਂ ਚਲੋ ਐਂ ਵੀ ਪ੍ਰੋਫੈਸ਼ਨ ਕਰਕੇ ਕਰਨਾ ਪੈਂਦਾ ਵੈਸੇ ਆਈ ਡੋਨਟ ਥਿੰਕ ਸੋ ਵੀ ਲੋਡ ਐ ਪਰ ਮੇਰਾ ਤੇ ਮੈਂ ਇਵਨ ਯੂਜ਼ ਵੀ ਨਹੀਂ ਕਰਦੀ ਮੋਸਟ ਆਫ ਦਾ ਟਾਈਮ ਯਾ ਫਲਾਈਟ ਦਾ ਟਾਈਮ ਇੰਨਾ ਵਧਿਆ ਹੁੰਦਾ ਨਾ ਜਦੋਂ ਤੁਸੀਂ ਫੋਨ ਨਹੀਂ ਚੁੱਕਦੇ 10 12 ਘੰਟੇ ਤੇ ਉਹਦੋਂ ਸੁੱਖ ਦੀ ਸਾਹ ਆਉਂਦਾ ਸੁ ਨੀਦ ਸੁਵੇਰੀ ਹੁਣ ਜਿਹਨੂੰ ਪੈਨਿਕ ਹੁੰਦਾ ਮੈਨੂੰ ਸੌਂਕ ਜਰ ਉੱਠਣਾ ਹੈ ਨਾ ਸੌਂਕ ਜਰ ਉੱਠਣਾ ਮੈਂ ਕਹਾਂ ਡਰ ਲਾਦਾ ਹੁੰਦਾ ਫੋਨ ਚੁੱਕਣ ਲੱਗ ਗਿਆ ਵੀ ਕੋਈ ਨਾ ਕੋਈ ਮਿਸ ਅਪਨਾ ਹੋਇਆ ਹੋਵੇ ਜਾਂ ਕੋਈ ਨਾ ਕੋਈ ਇਦਾਂ ਦੀ ਨਿਊਜ਼ ਨਾ ਆਈ ਹੋਵੇ ਕਈ ਵਾਰੀ ਇਦਾਂ ਦਾ ਤੁਸੀਂ ਸੌਂਕੇ ਉੱਠਦੇ ਹੋ ਤੇ ਯਕਦਮ ਸਾਹਮਣੇ ਉਹ ਮੈਸੇਜ ਮੈ ਉਦਾਂ ਦਾ ਆਇਆ ਹੁੰਦਾ ਵੀ ਉੱਠਣ ਸਾਰ ਬੰਦੇ ਨੇ ਲਾਦਾ ਵੀ ਯਾਰ ਦਿਨ ਸਾਰਾ ਇਦਾਂ ਦੇ ਨਿਕਲੂ ਖਤਮ ਹੋ ਜਾਣਾ ਕਈ ਵਾਰੀ ਤੁਹਾਨੂੰ ਗਰੀਟਿੰਗਸ ਹੁੰਦੀਆਂ ਨੇ ਵਿਸ਼ੇਸ ਹੁੰਦੀਆਂ ਨੇ ਬਲੇਸਿੰਗਸ ਹੁੰਦੀਆਂ ਨੇ ਸੂਰ ਸੂਰ ਉੱਠਦਾ ਬੰਦਾ ਵਧੀਆ ਲੱਗਦਾ ਮੇਰੀ ਆਦਤ ਹੈ ਮੈਂ ਸਵੇਰ-ਸਵੇਰ ਉੱਠਨਸਾਰ ਪਹਿਲੀਆਂ ਜੋ ਖੋਲ ਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਵੇਨਾਂ ਫੋਨ 'ਚ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਮੈਂ ਮੈਸੇਜ ਮੁਸੇ ਪੜਦਾ ਮੈਂ ਸਭ ਇੱਕ ਰੀਡਾ ਦਿੰਦਾ ਨਾ ਉਦੋਂ ਸਾਰੀਆਂ ਚੀਜ਼ਾਂ ਤੇ ਉਹ ਮੇਰੀ ਵੈਸੀ ਆਦਤ ਜੀ ਬਣੀ ਹੈ ਤੇ ਵਧੀਆ ਲੱਗਦਾ ਮੈਨੂੰ ਉਦੋਂ ਬਾਅਦ ਆਮ ਤੌਰ ਤੇ ਉਦੋਂ ਜਗਦੀਪ ਨਾਲ ਵੀ ਮੈਂ ਡਿਸਕਸ਼ਨ ਕਰਦਾ ਸੀ ਪੈਨਿਕ ਹੁੰਦਾ ਡਰ ਲੱਗਦਾ ਵੀ ਫੋਨ 'ਚ ਕੁਝ ਮਾੜੀ ਚੀਜ਼ ਨਾ ਆ ਗੀ ਜਾਵੇ ਮੈਸੇਜ ਮੁਸੇ ਨਾਲ ਇਦਾਂ ਦਾ ਮਾੜਾ ਆ ਗਿਆ ਪਰ ਮੈਂ ਆਪਣੇ ਲਾਈਫ 'ਚ ਫੋਨ ਨੂੰ ਬਹੁਤ ਬੈਲੈਂਸ ਕਰਕੇ ਸਾਈਡ ਤੇ ਰੱਖਿਆ ਹੋਇਆ ਵੀ ਮੈਂ ਫੋਨ ਨੂੰ ਕੀ ਦੇ ਕੋਲ ਹਰ ਗੱਲ ਦਾ ਸਮਾਧਾਨ ਹੈ ਨਹੀਂ ਹਮ ਤਾਂ ਸਾਰੇ ਹਰ ਹੌਰੀਜ਼ਨ ਦਾ ਮਤਲਬ ਸਮਾਧਾਨ ਤੇ ਕਰ ਹੀ ਲੈਂਦੇ ਨੇ ਗਿੱਲ ਸਾਹਿਬ ਕੋਲੇ ਆ ਇਹ ਸਭ ਕੋਲੇ ਆਨਸਰ ਹੈ ਬੋਬਟੇ ਤੋਂ ਅੱਡੇ ਤਿੰਨਾ ਚੋਂ ਡਾਇਲੋਗ ਵੱਧ ਕਿਨੂੰ ਭੁੱਲਦੇ ਐ ਉਹ ਬਈ ਇਹ ਜਾਣ ਬੁਝ ਕੇ ਪਾਇਆ ਨਾ ਐਮੀ ਨੇ ਕਹਿ ਕਿ ਪਾਇਆ ਨਾ ਕਿ ਟਿਕ ਟਿਕ ਨਹੀਂ ਹੋਣੀ ਥੋੜੀ ਪਾਇਆ ਇਹ ਪਹਿਲਾਂ ਰਿਕਾਰਡ ਹੋਇਆ ਹੋਇਆ ਮੈਂ ਥੋੜੀ ਰਿਕਾਰਡ ਨਾ ਪੁੱਲਦੇ ਸੀ ਪੁੱਲ ਦਿਆ ਅਜੇ ਵੀ ਬੋਲਦੀ ਐਰੇ ਕਾਲਾ ਨਹੀਂ ਕਰਕੇ ਦੋ ਕੱਟ ਲੱਗੇ ਸਾਡੇ ਵੀ ਛੋਟੇ ਹੋ 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 ਨਹੀਂ ਬੋਲਦੀ ਮੈਂ ਨਵੀਂ ਨਵੀਂ ਆਈ ਸੀ ਯਾਰ ਟਾਈਮ ਲੱਗਦਾ ਹੈ ਇਹਨਾਂ ਨੂੰ ਤਾਂ ਪੜ੍ਹਨੀ ਜਾਂਦਾ ਪੜ੍ਹ ਲਈ ਤਾਂ ਹੁੰਦਾ ਪੜ੍ਹ ਕੇ ਆਈਆਂ ਮੈਂ ਤੁਹਾਡੇ ਤੋਂ ਵੱਧ ਹੋਏਂਗੀ ਨਲਾਕ ਹੋਈਆਂਗੀ ਪਹਿਲਾਂ ਵੀ ਤੁਮੇ ਸਮਝ ਆ ਮੈਨੂੰ ਤੂੰ ਪੇਪਰ ਤੇ ਫੇਲ ਫੁੱਲ ਹੋਈਆਂ ਤੂੰ ਰੱਟਾ ਬਹੁਤ ਤੇਜ਼ ੜਟਾ ਬਸ ਰੱਟਾ ਹੀ ਹੈ ਨਾ ਆਹ ਬੋਲਦੀ ਹੈ ਗਿੱਲਾਂ ਸਿੰਘ ਸਾਹਿਬ ਦੀ ਗੱਲ ਤੁਸੀਂ ਗਿੱਲ ਸਿੰਘ ਸਾਹਿਬ ਗਿੱਲ ਸਾਹਿਬ ਪੜ੍ਹਦੇ ਵੀ ਨਹੀਂ ਹੈ ਗਿੱਲ ਸਾਹਿਬ ਡਾਇਲਗ ਸੁਣਦੇ ਆ ਸੁਣ ਕੇ ਵੀ ਦੇਖ ਲਓ ਉਹ ਕਰਦੇ ਆ ਕਿੰਨਾ ਵਧੀਆ ਪਰਫਾਰਮ ਕਰਦੇ ਨੇ ਨਾ ਬਸ ਇਹ ਜਾਨਾ ਤੁਸੀਂ ਜਾ ਚਲੋ ਜੀ ਅਗਲਾ ਕੁਐਸਚਨ ਨਵੇਂ ਨਵੇਂ ਪੁੱਲਦੀ ਸੀ ਹੁਣ ਨਹੀਂ ਪੁੱਲਦੀ ਕੋਈ ਨਹੀਂ ਅਗਲੀ ਵਾਰ ਜਦੋਂ ਆਇਆ ਨਾ ਉਦੋਂ ਮੈਂ ਰਿਕਾਰਡ ਕਰੂੰਗਾ ਜੇ ਤੁਸੀਂ ਭੁੱਲ ਗਏ ਨਾ ਸਾਬ ਲਾ ਲਿਓ ਮੈਂ ਹੁਣ ਬੁਟੇ ਜੀ ਮੰਗਾਉਂਗਾ ਸਾਰੇ ਕੰਮ ਉਹ ਅਸੀਂ ਉਸ ਤੋਂ ਪਹਿਲੇ ਸ਼ੁਰੂ ਹੋ ਜੀ ਨੈਕਸਟ